अपना रेट भी 250 रुपये लीटर। दवाई इन्हों तो चाहे लियो चाहे ना लियो रेट जरूर। मार्केट का रेट भी 300-250 आम देंदे ने जी, अपने को सिर्फ 140 रुपये की। अपना भी घट मिलती है, जो उल्ली नाश लेके आना दुगना तिगना रेट लगता जी। यूरिया नहीं अपन मिल रहा, अपनी बहुत बड़ी प्रॉब्लम आई है, भी डंग रहा जी। बिल भी दें भी बड़िया स्प्रेयां का बिल दिन ही दें। अपने को बिल है जी एस टी, अपने जो एक लीटर भी साबित करता भी थोड़े को डुप्लीकेट, आप 51,000 रुपया ना देवे। रेट का फर्क 1300-1600 का फर्क आ। बिल उपर लिख के दवा 20-25 दिन की साड़ी गारंटी होगी। गोवाली सुंडी पत्ता आप फस्ट आ रहे हैं। हाँ जी, बाकी लौंग वाले इन्होंने दुकान करने तो पहला बाणी की लुट मचाई हुई थी, सारी लुट हो बंद होगी। जेडे वीर भी सब तो वह शेयर करने अपनी वीडियो उन्होंने भी आप पहले 3 बंद कलसी दियाँ ढोलियाँ, ये ढोली भी बड़ी बैटरी डबल मोटर फर्क है जी। इन्हें इतों 5 किलो की आपको 3700 की मिली उतों 5 किलो पिंडों, जिन्हें इतों 3700 की मिली उतों 5000 की मिलू। हाँ जी, इन्ना ज्यादा फर्क है। पूरे पंजाब आप जिथे मर्जी भज लीए पर इस तो सस्ती दवाई आपको कित नहीं मिलू। तो जिथे गल आ सस्ते की उत्थे गल क्वालिटी की। तुम अक्सर ही कमेंटा के कहने होंगे हो भी बई सारे लोकल कंपनियां के माल ने जोड़े दुकानदार सस्ते रेट से पेस्टीसाइड दे रहे हैं, पर तुम इतने आले दुआले निगाह मार लो बायर सजेंटा जिमें नटीवो होगी फेम होगी चैस होगी सारा कंपनी का माल मिलेगा। तो आप करते हैं इन्होंने गलबात। तो अपना कि पिंड है भाई जी? रोडे। रोडे मोगे जिले मोगे जिले बागे पुराने बागे पुराने तो इन्नी दूरों आने हूँ राह दे विचे किन्ने शहर पैंदे ने ते सस्ती मरे होने किन्ने कैश काउंटर आ जांदे ने ना हुण हरेक पंजाब दे विच हरेक गली कोने ते पेस्टीसाइड दा कैश काउंटर खुल्लिया होया ते बाकी सारे नाल फर्क हैगा। फर्क जी 4-5 साल तो आउंदे आ इहदे कोल। दवाई दा रिजल्ट पूरा रिजल्ट पूरा पूरा रिजल्ट ਜਿਹੜੀ ਸਾਰਾ ਦਵਾਈ ਹੈ ਅਸੀਂ ਮੱਕੀ 'ਤੇ ਛਿੜਕੀ ਆ ਜੀ। 2 ਸਪਰੇਆਂ ਕੀਤੀਆਂ, ਕੋਈ ਸੁੰਡੇ ਨਹੀਂ ਆਏ ਪਈ, ਕੋਈ ਕੀੜਾ ਨਹੀਂ ਪਿਆ, ਪੂਰਾ ਵਧੀਆ ਰਿਜ਼ਲਟ ਦਿੱਤਾ ਜੀ। ਹਾਂ ਅਤੇ ਬਾਕੀ ਇਹਨਾਂ ਦਾ ਵਰਤ ਵਰਤੇਵਾਂ ਕਿਵੇਂ ਰਹਿੰਦਾ? ਪੂਰਾ ਵਧੀਆ ਹੀ ਹੈ। ਜਿਵੇਂ ਤੁਸੀਂ ਰੈਕਮੈਂਡੇਸ਼ਨਾਂ ਵੀ ਲੈਂਦੇ ਹੋ ਕਿਤੇ ਇਹ ਤਾਂ ਨਹੀਂ ਆਪਾਂ ਨੂੰ ਦੁਕਾਨਦਾਰ ਪ੍ਰੋਡਕਟ ਦੇ ਨਾਲ ਪ੍ਰੋਡਕਟ ਲਾ ਲਾ ਦੇਈ ਜਾਂਦੇ ਹੁੰਦੇ ਨੇ ਆਹ ਵੀ ਪਾ ਦਿਉ ਉਹ ਵੀ ਪਾ ਦਿਉ? ਨਹੀਂ ਨਹੀਂ ਨਹੀਂ, ਜਿਹੜੀ ਚੀਜ਼ ਕਹੀ ਉਹੀ ਦੇਣੀ ਆ ਜੀ, ਵਾਧੂ ਚੀਜ਼ ਨਹੀਂ ਨਾਲ ਜੋੜ ਜੀ, ਜਿਹੜੀ ਚੀਜ਼ ਮੰਗੀ ਉਹ ਨਹੀਂ ਦੇਣੀ। ਤੇ ਸਾਰਾ ਕੁਝ ਓਰੀਜਨਲ ਮਿਲਦਾ ਸਹੀ ਰੇਟ ਤੇ ਮਿਲਦਾ? ਹਾਂ ਸਹੀ ਰੇਟ ਤੇ ਮਿਲਦਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ, ਗੁਰਮੇਲ ਪੀਰ ਨੂੰ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿਸਾਨ ਵੀਰੋ ਤੁਹਾਨੂੰ ਪਤੀ ਆ ਗਈ ਆਪਣੇ ਕੋਲ ਕੁੱਲ ਕੰਪਨੀ ਦਾ ਮਾਲ ਮਿਲਦਾ ਗਾ ਜੀ। ਤੇ ਆਪਾਂ ਗੱਲ ਕਰ ਰਹੇ ਸੀ ਵੀ ਪੂਰੇ ਪੰਜਾਬ ਦੇ ਵਿੱਚ ਆਪਾਂ ਖੁੱਲ੍ਹਾ ਚੈਲੰਜ ਕਰ ਰਹੇ ਹਾਂ ਵੀ ਸਭ ਤੋਂ ਆਪਾਂ ਘੱਟ ਰੇਟ 'ਤੇ ਦਿੰਦੇ ਹਾਂ। ਹਾਂਜੀ, ਆਪਣੇ ਪੂਰਾ ਖੁੱਲ੍ਹਾ ਚੈਲੰਜ ਆ ਜੀ, ਪੂਰੇ ਪੰਜਾਬ ਹਰਿਆਣੇ ਤੋਂ ਵੀ ਆਪਣੇ ਦੇ ਸਸਤੇ ਰੇਟਾਂ 'ਤੇ ਆ ਜੀ। ਵੀ ਆਪਣੇ ਬੈਰ ਸਜੈਟਾ ਵੀ ਕਿਸੇ ਵੀ ਕੰਪਨੀ ਦੇ ਕੁਆਲਿਟੀ ਕੰਪਨੀ ਦਾ ਆਪਣਾ ਮਾਲ ਖਰੀਦ ਸਕਦੇ ਹੋ। ਬਾਏ ਬ੍ਰਾਂਡ ਬਾਏ ਨੇਮ ਵੀ ਜਿਹੜਾ ਮਰਜ਼ੀ ਲੈ ਲਈਏ। ਹਾਂਜੀ, ਜਿਹੜਾ ਮਰਜ਼ੀ ਜੀ। ਤੇ ਇਹ ਕਿਵੇਂ ਪੋਸੀਬਲ ਹੋਇਆ ਜੀ, ਕਿੰਨੇ ਟਾਈਮ ਤੋਂ ਇਹ ਫੀਲਡ ਦੇ ਵਿੱਚ ਕੰਮ ਕਰ ਰਹੇ ਆਪਾਂ? ਆਪਾਂ ਨੂੰ ਇਹਦੇ ਵਿੱਚ ਹੋ ਗਏ ਜੀ 15-16 ਸਾਲ ਹੋ ਗਏ ਜੀ। ਉਹ ਸਭ ਤੋਂ ਪੁਰਾਣਾ ਕੰਮ ਲੌਂਗੋਵਾਲ ਦੇ ਵਿੱਚ ਆਪਣੀ ਹੈਗਾ ਜੀ। ਪਹਿਲਾਂ ਜੀ ਕੰਪਨੀ ਦੇ ਕੰਮ ਕੀਤਾ ਸੀਗਾ, ਜਦੋਂ ਦੁਕਾਨਾਂ 'ਤੇ ਜਾਂਦੇ ਜੀ ਪਤਾ ਲੱਗਦਾ ਸੀਗਾ ਵੀ 300 ਮੀਡਾ ਦਾ ਲੀਟਰ 3000 ਦਾ ਜ਼ਿਮੀਦਾਰ ਨੂੰ ਮਿਲ ਰਿਹਾ ਸੀਗਾ ਜੀ, ਵੀ ਇੰਨੀ ਜ਼ਿਆਦਾ ਲੁੱਟ ਸੀ। ਉਹ ਚੀਜ਼ ਨੂੰ ਦੇਖਦੇ ਹੋਏ ਅਸੀਂ ਨੌਕਰੀ ਛੱਡ ਕੇ ਆਪਣਾ ਇੱਧਰ ਕਾਊਂਟਰ ਲਾਇਆ ਸੀਗਾ, ਪਰ ਸਾਨੂੰ ਜ਼ਿਮੀਦਾਰ ਭਰਾਵਾਂ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਗਾ। ਜਿਵੇਂ ਹੁਣ ਤੁਸੀਂ ਮਾਰਜਿਨ ਘਟਾ ਕੇ ਦੇ ਰਹੇ ਹੋ ਅਤੇ ਉਹਦੇ ਵਿੱਚ ਮਤਲਬ ਕਿਵੇਂ ਹੁੰਦਾ ਇਹ ਵੀ ਕਿੰਨਾ ਕੁ ਡਿਫਰੈਂਸ? ਆਪਾਂ ਸਿਰਫ ਕੀ ਆ 1-2% 'ਤੇ ਹੀ ਕੰਮ ਕਰਦੇ ਹਾਂਗੇ। ਜਿਵੇਂ ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਆਪਾਂ ਦੇ ਰਹੇ ਸੀਗੇ 30-60%। ਹਾਂਜੀ, ਉਦੋਂ ਬਾਅਦ ਆਪਣੀ ਸੇਲ ਹੋਰ ਵਧੀ, ਫਿਰ ਆਪਾਂ ਨੇ ਕੀਤਾ ਸੀਗਾ 30-70% ਰੇਟ ਹੋਰ ਘਟਾਤਾ ਜੀ। ਪਰ ਜੇ ਅੱਜ ਦੇਖੋ ਜੀ ਆਪਣਾ ਮੂਹਰੇ ਵੀ ਲਿਖ ਕੇ ਲਾਇਆ ਹੈਗਾ 30-86% ਤੱਕ ਲੈਸ ਦੇ ਰਹੇ ਆਪਾਂ ਜੀ। ਪਰ ਲੀਟਰ ਮਗਰ ਕਿਸੇ ਵੀ ਦਵਾਈ ਮਗਰ ਕੋਈ ਵੀ ਦਵਾਈ ਆ ਜੋ MRP ਆ ਉਹਦੇ ਵਿੱਚੋਂ ਪਲੱਸ ਦੇ ਰਿਹਾ ਇਹ ਜੀ। ਤੇ ਬਿੱਲ ਮਿਲੂਗਾ ਹਰੇਕ ਦਵਾਈ ਦਾ? ਹਰੇਕ ਦਵਾਈ ਦਾ ਵੀਰੇ ਆਪਣੇ ਕੋਲ ਪੱਕਾ ਬਿੱਲ ਮਿਲਦਾ ਹੈਗਾ ਜੀ। ਤੇ ਜਿਵੇਂ ਵਿੱਚ ਕਹਿ ਦਿੰਦੇ ਨੇ ਵੀ ਬਾਈ ਡੁਪਲੀਕੇਟ ਹੁੰਦੀਆਂ ਨੇ ਦਵਾਈਆਂ, ਹੈ ਨਾ, ਵੀ ਉੱਤੇ ਨਾਮ ਉਹੀ ਹੁੰਦਾ, ਤੇ ਉਹਨਾਂ ਵਾਸਤੇ ਆਪਾਂ ਵੀਰੇ ਸਾਰੇ ਕਿਸਾਨ ਵੀਰਾਂ ਨੂੰ ਇੱਕ ਜ਼ਰੂਰੀ ਬੇਨਤੀ ਕਰਨੀ ਚਾਹਾਂਗੇ, ਜਿਵੇਂ ਆਪਣੇ ਕੋਲ ਫੇਮ ਪਈ ਆ, ਨਟਿੱਬੋ ਪਈ ਆ, ਕਿਸੇ ਵੀ ਮਤਲਬ ਕੋਈ ਵੀ ਪ੍ਰੋਡਕਟ ਪਿਆ ਆਪਣੇ ਕੋਲ ਜੀ, ਕੋਈ ਵੀ ਕਿਸਾਨ ਵੀਰ ਜਾਂ ਕੋਈ ਵੀ ਆਪਣਾ ਵੀਰ ਆਪਣੇ ਜੇ 1 ਲੀਟਰ ਵੀ ਸਾਬਤ ਕਰਦਾ ਵੀ ਤੁਹਾਡੇ ਕੋਲ ਡੁਪਲੀਕੇਟ, ਆਪਾਂ ਨੂੰ 51,000 ਰੁਪਇਆ ਨਾ ਦੇਵਾਂਗੇ ਵੀਰੇ ਸਿੱਧਾ। ਵੀ ਚੱਕ ਕੇ ਸਕੈਨ ਕਰ ਲਈ ਲੀਟਰ, ਸਕੈਨ ਕਰ ਲਈ ਜਿੱਥੋਂ ਮਰਜ਼ੀ ਚੈੱਕ ਕਰਵਾ ਲਏ ਜੀ, ਖੇਤੀਬਾੜੀ ਦਫ਼ਤਰ 'ਚ ਵੀ ਚੈੱਕ ਕਰਵਾ ਸਕਦਾ, ਜਿੱਥੋਂ ਬੰਦੇ ਨੂੰ ਤਸੱਲੀ ਹੁੰਦੀ ਆ ਬੰਦਾ ਉੱਥੋਂ ਚੈੱਕ ਕਰਵਾ ਸਕਦਾ ਜੀ। 1 ਵੀ ਲੀਟਰ ਕੋਈ ਵੀ ਕੰਪਨੀ ਦਾ, ਐਂ ਨਹੀਂ ਵੀ ਆਪਾਂ ਕਹਿੰਦੇ ਵੀ ਫੇਮ ਜਾਂ ਸਜੈਂਟਾ ਦਾ, ਕੋਈ ਵੀ ਕੰਪਨੀ ਜਿੰਨੇ ਆਪਣੇ ਕੋਲ ਮਾਲ ਮਿਲੂ ਵੀਰੇ ਸਾਰਾ ਓਰੀਜਨਲ ਮਿਲੂਗਾ ਜੀ, ਪੱਕੇ ਬਿੱਲ 'ਤੇ ਮਿਲੂਗਾ, ਅਤੇ ਸਾਰੇ ਪੰਜਾਬ ਨੂੰ ਸਸਤਾ ਰੇਟ 'ਤੇ ਬੈਸਟ ਕੁਆਲਿਟੀ ਆ। ਇੱਕ ਬਾਈ ਆਹ ਜਿਹੜਾ ਫੇਮ ਵਿਨਰ ਚੈਂਪੀਅਨ, ਇਹ ਕਾਹਦਾ ਅਵਾਰਡ ਮਿਲਿਆ ਹੋਇਆ ਆਪਾਂ ਨੂੰ? ਇਹ ਵੀਰੇ ਆਪਾਂ ਨੂੰ 2 ਸਾਲ ਹੋ ਗਏ ਆਪਾਂ ਨੂੰ ਬਾਹਰ ਦਾ ਕੰਮ ਕਰਦਿਆਂ ਨੂੰ, ਅਤੇ ਆਪਣੇ ਵੀਰੇ 2 ਸਾਲ ਹੋ ਗਏ ਆਪਾਂ ਫਸਟ ਆ ਰਹੇ ਹਾਂ ਵੀਰੇ।
ਸੰਗਰੂਰ ਦੇ ਵਿੱਚ ਸੇਲ ਦੇ ਵਿੱਚ ਸੰਗਰੂਰ ਜ਼ਿਲ੍ਹਾ ਹੈਗਾ ਬਰਨਾਲਾ ਜ਼ਿਲ੍ਹਾ ਹੈਗਾ ਵੀਰੇ ਫੇਮ ਟਿਬੋ 'ਚ ਆਪਣਾ ਸਭ ਤੋਂ ਮਤਲਬ ਕੰਪਨੀ ਸਭ ਤੋਂ ਵੱਧ ਸੇਲ ਆ ਅਤੇ ਰਿਕਾਰਡ ਵੀ ਚੈੱਕ ਕਰਵਾ ਸਕਦੇ ਵੀ ਸਭ ਤੋਂ ਉੱਤੇ ਆਪਣਾ ਵਿਕਦਾ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਸਾਰਿਆਂ ਨਾਲ ਵੀਰੇ ਸਸਤਾ ਰੇਟ ਅਤੇ ਬੈਸਟ ਕੁਆਲਿਟੀ ਵਾਲੇ ਪਈਆਂ ਨੇ ਫੇਮ ਦਾ ਆਪਾਂ ਵੀਰੇ ਖੁੱਲ੍ਹਾ ਚੈਨਲ ਜਾਂ ਰੇਟ ਦਾ ਆਪਣਾ ਸਾਰੇ ਪੰਜਾਬ ਵਿੱਚ ਅਤੇ ਫੇਮ ਦਾ ਆਪਣੇ ਕੋਲ ਕੋਈ ਸਬਸਟੀਟਿਊਟ ਵੀ ਹੈਗਾ ਵੀ ਬਦਲੋ ਉਸ ਤੋਂ ਕੋਈ ਹਾਂ ਉਸ ਤੋਂ ਬਾਅਦ ਆਪਣੇ ਕੋਲ ਆਹ ਵੀਰੇ ਮਕਾਡੋ ਕਰੋਪ ਸਾਇੰਸ ਦਾ ਆ ਗਿਆ ਜੀ ਆਪਣਾ ਫੇਮ ਦਾ ਅਤੇ ਬਾਕੀ ਵੀਰੇ ਆਪਣੇ ਕੋਲ ਸਾਰਾ ਦਵਾਈ ਇੱਕ ਜੀ ਆਹ ਦਵਾਈ ਵੀਰੇ ਆਪਾਂ ਮੱਕੀ ਦੇ ਕਰਵਾਈ ਸੀਗੀ ਮੱਕੀ ਦੇ ਵਿੱਚ ਗੋਹ ਵਾਲਾ ਸੁੰਡ ਮਾਰਨਾ ਬਹੁਤ ਔਖਾ ਹੁੰਦਾ ਸਾਰੇ ਕਿਸਾਨ ਰਿਜ਼ਲਟ ਕਿੰਨਾ ਕੁ ਇਹਦਾ ਰਿਜ਼ਲਟ ਵੀਰੇ ਮੱਕੀ ਦਾ ਹੈਗਾ ਸੀ 20 ਤੋਂ 25 ਦਿਨਾਂ ਦਾ ਅਤੇ ਹੁਣ ਅਸੀਂ ਜੀਰੀ ਉੱਪਰ ਕਰਵਾ ਰਹੇ ਹਾਂ ਇਹਦਾ ਰਿਜ਼ਲਟ ਅਸੀਂ 20 ਤੋਂ 25 ਦਿਨਾਂ ਦੀ ਆਪਦੀ ਗਰੰਟੀ ਦੇ ਰਹੇ ਹਾਂ ਵੀਰੇ ਅਸੀਂ ਬਿੱਲ ਉੱਪਰ ਲਿਖ ਕੇ ਦੇਵਾਂਗੇ 20 ਤੋਂ 25 ਦਿਨਾਂ ਦੀ ਸਾਡੀ ਗਰੰਟੀ ਹੋਊਗੀ ਗੋਹ ਵਾਲੀ ਸੁੰਡੀ ਪੱਤਾ ਲਵੇਡ ਜਿਹੜੀ ਮਰਜ਼ੀ ਸੁੰਡੀ ਹੈ ਜੀ ਜਿਵੇਂ ਇਹ ਸਾਰਾ ਦਵਾਈ ਆ ਗਈ ਹਾਂਜੀ ਇਹ ਆਪਣੀ ਪਲੇਗੋ ਦੇ ਫੇਮ ਦੇ ਡਕੋਮੀ ਦੇ ਅਸੀਂ ਬਰਾਬਰ ਫੁੱਲ ਗਰੰਟੀ ਨਾਲ ਪਾਉਣੇ ਆ ਗਏ ਹੁਣ ਜਿਵੇਂ ਤੁਹਾਨੂੰ ਪਤਾ ਇੱਕ ਸੁੰਡ ਆ ਰਿਹਾ ਜੜ ਦੇ ਵਿੱਚ ਸਿਰਫ ਗੱਲਾਂ ਇਹ ਦਵਾਈ ਨੇ ਮਾਰਿਆ ਉਹ ਜੀ ਮਤਲਬ ਬਾਕੀ ਜਿੱਥੇ ਕੰਮ ਛੱਡੇ ਜਾਂਦੇ ਨੇ ਉੱਥੇ ਉੱਤੇ ਦਾ ਕੰਮ ਸ਼ੁਰੂ ਆ ਜੀ ਤੇ ਜਿਵੇਂ ਆਪਣੇ ਕੋਲ ਐਡ ਸਟਾਰ ਦਵਾਈ ਆ ਜੀ ਹਾਂਜੀ ਅਸੀਂ ਇਹ ਫੁੱਲ ਖੁੱਲ੍ਹੇ ਚੈਨਲ ਦੇ ਨਾਲ ਐਮੀ ਸਟਾਰ ਦੇ ਬਰਾਬਰ ਪਾਉਣੇ ਆ ਰੇਟ ਦਾ ਫਰਕ 1300 ਦਾ ਫਰਕ ਆ ਬਾਕੀ ਕਿੱਥੋਂ ਸ਼ੁਰੂ ਹੋ ਜਾਂਦਾ ਆਪਣਾ ਆਪਣਾ ਐਡਰੈਸ ਵੀਰੇ ਆਪਣੀ ਡਰੇਨ ਦੇ ਪੁਲ 'ਤੇ ਸ਼ੋਪ ਆਪਣੀ ਗੁਰਮੇਲ ਸਿੰਘ ਬਟੂਹੇ ਦੀ ਸ਼ੋਪ ਨਾਲ ਆਪਣੀ ਸ਼ੋਪ ਜਾਣੀ ਜਾਂਦੀ ਆ ਵੀਰੇ ਜੇਕਰ ਆਪਾਂ ਸੁਨਾਮ ਵਾਲੀ ਸਾਈਡ ਤੋਂ ਆਉਂਦੇ ਹਾਂ ਤਾਂ ਆਪਣਾ ਡਰੇਨ ਦਾ ਪੁਲ ਪਾਰ ਕਰਕੇ ਵੀਰੇ ਖੱਬੇ ਹੱਥ ਆਪਾਂ ਮੁੜਨਾ ਅਤੇ ਜੇ ਆਪਾਂ ਆਪਣੇ ਇੱਧਰੋਂ ਬਾੜਬੁਰ ਵਾਲੀ ਸਾਈਡ ਤੋਂ ਆ ਰਹੇ ਹਾਂ ਤਾਂ ਆਪਾਂ ਡਰੇਨ ਦਾ ਪੁਲ ਪਾਰ ਨਹੀਂ ਕਰਨਾ ਆਪਾਂ ਸੱਜੇ ਹੱਥ ਹੀ ਮੁੜ ਜਾਣਾ ਅਤੇ ਬਾਕੀ ਤੁਹਾਨੂੰ ਅੱਗੇ ਵੀਡੀਓ ਵਿੱਚ ਕਲਿੱਪ ਲਾ ਕੇ ਦਿਖਾਵਾਂਗੇ ਆਪਾਂ ਐਡਰੈਸ ਵੀ ਪੂਰੀ ਦੱਸਾਂਗੇ ਅਤੇ ਵੀਰੇ ਬਾਕੀ ਆਪਣੇ ਕੋਲ ਵੀਰੇ ਆਫਰ ਆਪਣੀ ਜਿਹੜੀ ਗ੍ਰਾਮੋ ਕਸਾਉਣ ਹੁੰਦੀ ਆ ਆਪਣੀ ਹਰਬੀ ਸਾਈਡ ਹੁੰਦੀ ਆ ਹਾਂਜੀ ਹਾਂਜੀ ਤੁਰਤ ਮਾਰਨ ਵਾਲੀ ਝਟਪਟ ਵੀ ਕਹਿੰਦੇ ਨੇ ਆਪਣਾ ਰੇਟ ਵੀਰੇ 250 ਰੁਪਏ ਲੀਟਰ ਪੂਰੇ 250 ਤੋਂ ਸ਼ੁਰੂ ਆ 250 ਤੋਂ 250 ਰੁਪਏ ਲੀਟਰ ਅਤੇ ਉਸ ਤੋਂ ਬਾਅਦ ਆਪਣੇ ਕੋਲ ਵੀਰੇ ਇੱਕ ਹੋਰ ਆਫਰ ਆ ਤੁਸੀਂ ਆਹ ਦੇਖ ਸਕਦੇ ਹੋ ਗਨ ਇਹਦਾ ਮਾਰਕੀਟ ਦਾ ਰੇਟ ਵੀਰੇ 300-250 ਆਮ ਦਿੰਦੇ ਨੇ ਆਪਣੇ ਕੋਲ ਸਿਰਫ 140 ਰੁਪਈਆਂ ਦੀ ਜੀ ਆਪਣੀ ਜਿਹੜੀ ਢੋਲੇ ਦੇ ਕਲਸੀ ਦੇ ਗਨ ਜੋ ਮਰਜ਼ੀ ਲੈ ਜਾਏ ਜੋ ਮਰਜ਼ੀ ਲੈ ਜਾਏ ਕਿਹੜਾ ਮਰਜ਼ੀ ਕਿਸਾਨ ਵੀਰ ਲੈ ਜਾਏ ਵੀਰੇ 140 ਰੁਪਈਆਂ ਦੀ ਸਿਰਫ 140 ਰੁਪਈਆਂ ਦੀ 140 ਰੁਪਈਆਂ ਦੀ ਦੇ ਦੂੰਗੀ ਹਾਂਜੀ ਅਤੇ ਬਾਕੀ ਇੱਕ DAP ਯੂਰੀਆ ਦੀ ਸ਼ੋਰਟ ਆ ਜਾਂਦੀ ਹੈ ਜਿਵੇਂ ਹੁਣ ਦਵਾਈਆਂ ਤਾਂ ਸਸਤੇ ਕੈਸ਼ ਕਾਊਂਟਰਾਂ ਤੋਂ ਮਿਲ ਜਾਂਦੀਆਂ ਨੇ ਹੈ ਨਾ ਉਹ ਫਿਰ ਕਿਸਾਨ ਦਾ ਇਹੀ ਸਵਾਲ ਹੁੰਦਾ ਵੀ ਉਹਨਾਂ ਨੂੰ ਉਹ ਚੀਜ਼ ਨਹੀਂ ਪ੍ਰੋਵਾਈਡ ਹੁੰਦੀ ਆਪਣੇ ਨਾਲ ਵੀਰੇ ਜਿੰਨੇ ਕਿਸਾਨ ਵੀਰ ਅੱਜ ਤੱਕ ਜੁੜੇ ਹੋਏ ਨੇ ਤੁਸੀਂ ਫਾਰਮਰ ਵੀਰਾਂ ਤੋਂ ਰਿਵਿਊ ਵੀ ਲਿਓ ਤੁਸੀਂ ਚੈਨਲ ਚੈੱਕ ਕਰਿਓ ਜਿੰਨੇ ਆਪਣੇ ਨਾਲ ਵੀਰੇ ਜੁੜੇ ਹੋਏ ਨੇ ਆਪਣੇ ਸ਼ਾਰਟ ਦੇ ਟਾਈਮ 'ਚ ਵੀ ਜਦੋਂ ਆਪਾਂ ਹਰੇਕ ਨੂੰ ਯੂਰੀਆ ਪ੍ਰੋਵਾਈਡ ਕਰਕੇ ਆਪਣੀ ਜ਼ਿੰਮੇਵਾਰੀ ਹੈ ਵੀਰੇ ਜਿਹੜੇ ਆਪਣੇ ਨਾਲ ਕਿਸਾਨ ਵੀਰ ਜੁੜਿਆ ਹੋਇਆ ਸ਼ੁਰੂ ਤੋਂ ਉਹਦੀ ਕੁੱਲ ਆਪਣੀ ਬੀਆਂ ਦੀ ਸਪਰੇਹਾਂ ਦੀ ਢੋਲੀਆਂ ਦੀ ਕੁੱਲ ਦੀ ਜ਼ਿੰਮੇਵਾਰੀ ਆਪਣੀ ਹੁੰਦੀ ਹੈ ਵੀਰੇ ਖਾਸ ਕਰਕੇ ਯੂਰੀਆ DAP ਦੀ ਜਦੋਂ ਪਿਛਲੀ ਵਾਰ ਸ਼ਾਰਟ ਪਈ ਸੀ ਵੀਰੇ ਜਿਹੜੇ ਆਪਣੇ ਨਾਲ ਕਿਸਾਨ ਵੀਰ ਜੁੜੇ ਹੋਏ ਸੀਗੇ ਸਭ ਨੂੰ ਆਪਾਂ ਯੂਰੀਆ ਪ੍ਰੋਵਾਈਡ ਕਰਕੇ ਦਿੱਤਾ ਬਲਕਿ ਜਿਹੜੇ ਕਿਸਾਨ ਵੀਰ ਸਾਥੋਂ ਸਪਰੇਹਾਂ ਨਹੀਂ ਵੀ ਲਿਜਾਂਦੇ ਸੀਗੇ ਆਪਾਂ ਉਹਨਾਂ ਨੂੰ ਵੀ ਯੂਰੀਆ ਦਿੱਤਾ ਕਿਉਂਕਿ ਅਸੀਂ ਉਹਨਾਂ ਦੀ ਵੀ ਮਜਬੂਰੀ ਸਮਝ ਸਕਦੇ ਸੀ ਵੀ ਹਾਂ ਉਹਨਾਂ ਨੂੰ ਯੂਰੀਆ ਮਿਲ ਨਹੀਂ ਰਿਹਾ ਤਾਂ ਆਪਾਂ ਉਹਨਾਂ ਨੂੰ ਵੀ ਯੂਰੀਆ ਪ੍ਰੋਵਾਈਡ ਕਰਕੇ ਦਿੱਤਾ ਵੀਰੇ ਅਤੇ ਇੱਕ ਵਾਰੀ ਬਿੱਲ ਦੀ ਜਦੋਂ ਬਿੱਲ ਦੇ ਕਹਿ ਤਾਂ ਹਰੇਕ ਦਿੰਦਾ ਵੀ ਅਸੀਂ ਪੱਕਾ ਬਿੱਲ ਦਿੰਦੇ ਹਾਂ ਹੈ ਨਾ ਜਦੋਂ ਦੇਣ ਦੀ ਗੱਲ ਆਉਂਦੀ ਹੈ ਤਾਂ ਅਗਲਾ ਛੋਟੀ ਮੋਟੀ ਚੀਜ਼ ਦਾ ਜਾਂ ਬਿੱਲ ਦਿੰਦੇ ਨਹੀਂ ਹੈਗੇ ਜ਼ਿਆਦਾਤਰ ਦੁਕਾਨਦਾਰ 5,000 ਤੱਕ ਵੀ ਐਂਟਰੀ ਹੋ ਜਾਂਦੀ ਹੈ ਫਿਰ ਵੀ ਬਿੱਲ ਨਹੀਂ ਦਿੰਦੇ ਆਪਣੇ ਕੋਲ ਵੀਰੇ ਖੁੱਲ੍ਹਾ ਚੈਨਲ ਜਾਂ ਬਿੱਲ ਦਾ ਜੇਕਰ ਆਪਾਂ ਤੋਂ ਕਿਸਾਨ ਵੀਰ ਵੀਰੇ ਇੱਕ ਬੋਕੀ ਦਾ ਵੀ ਬਿੱਲ ਲੈਣਾ ਚਾਹੁੰਦੇ ਨੇ ਇੱਕ ਨਿਊਲ ਦਾ ਬਿੱਲ ਵੀ ਦਿੰਦੇ ਆਪਾਂ ਵੀਰੇ ਵੱਡੀਆਂ ਸਪਰੇਹਾਂ ਦਾ ਆਪਾਂ ਬਿੱਲ ਦਿੰਨੀ ਦਿੰਦੇ ਹਾਂ ਆਪਣੇ ਕੋਲ ਬਿੱਲ ਆ GST ਵਾਲਾ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਟੈਕਸ ਇਨਫੋਰਮੇਸ਼ਨ ਇਹਦੇ ਦਾ ਆਪਣੇ ਸਾਰਾ ਆਪਣਾ ਲਾਇਸੈਂਸ ਨੰਬਰ ਆ ਜਾਂਦਾ ਜੀ ਪੈਸਟੀਸਾਈਡ ਦਾ ਲਾਇਸੈਂਸ ਨੰਬਰ ਆ ਜਾਂਦਾ ਸਾਰੀ ਆਪਣੀ ਕੁੱਲ ਇਨਫੋਰਮੇਸ਼ਨ ਹੈ ਜੀ ਇਹਦੇ ਉੱਪਰ ਮਤਲਬ ਜੇ ਕੋਈ ਛੋਟੀ ਤੋਂ ਛੋਟੀ ਜੇ ਵੀ ਹੁਣ ਦੱਸਦਾ ਜੀ ਜੇ ਕੋਈ ਨਿਊਜ਼ਲ ਵੀ ਲੈ ਕੇ ਜਾਂਦੇ ਆਪਣੇ ਕੋਲ ਢੋਲੀ ਦੇ ਆਪਾਂ ਉਹਦਾ ਵੀ ਪੱਕਾ ਬਿੱਲ ਦਿੰਦੇ ਆ ਜੀ ਉਹਦਾ ਵੀ ਪੱਕਾ ਬਿੱਲ ਦਊਂਗੇ ਵੱਡੀ ਦਾ ਦੇਣੀ ਵੱਡੀ ਦਾ ਦੇਣੀ ਦੇਣਾ ਆਪਣੇ ਕੋਲ ਕੋਈ ਵੀ ਦਵਾਈ ਦਾ ਸਭ ਦਾ ਜੀ ਕੁੱਲ ਬਾਕੀ ਬਿੱਲ ਵੀਰੇ ਮੈਂ ਖੁਦ ਆਪ ਹੀ ਕੱਢਦਾ GST ਵਾਲੇ ਬਿੱਲ ਆਪਾਂ ਸਾਰੇ ਮੈਂ ਹੀ ਕੱਟ ਕੇ ਦਿੰਦਾ ਇੱਕ ਕਿਸਾਨ ਵੀਰੋ ਬੇਨਤੀ ਹੈ ਵੀ ਦਵਾਈ ਇਹਨਾਂ ਤੋਂ ਚਾਹੇ ਲਿਓ ਚਾਹੇ ਨਾ ਲਿਓ ਰੇਟ ਜ਼ਰੂਰ ਪਤਾ ਕਰ ਲਿਓ ਤੇ ਰੇਟ ਦੇ ਵਿੱਚ ਇੱਕ ਚੀਜ਼ ਹੋਰ ਆ ਜਾਂਦੀ ਆ ਵੀ ਜਿਵੇਂ ਜਿਹੜੀ ਬ੍ਰਾਂਡ ਹੈ ਹਨਾ ਜ਼ਿਆਦਾਤਰ ਕਿਸਾਨ ਉਹਦਾ ਹੀ ਰੇਟ ਬੋਲਦੇ ਨੇ ਹਾਂ ਵੀ ਜਿਵੇਂ ਆਪਣੇ ਵੀਰੇ ਕੋਈ ਵੀ ਕਿਸਾਨ ਵੀਰ ਜਿਵੇਂ ਅੱਜ ਦੇ ਟਾਈਮ 'ਚ ਚੱਲ ਰਹੇ ਆਪਣੀ ਫੇਮ ਨ ਟਿੱਬੋ ਉਹ ਇਹਨਾਂ ਦਾ ਰੇਟ ਤਾਂ ਪੁੱਛ ਲੈਂਦੇ ਨੇ ਜਿਹੜੀ ਆਪਣੇ ਨਾਲ ਉੱਲੀ ਨਾਸਕ ਪਾਉਂਦੇ ਨੇ ਆਪਣੇ ਉਹਨਾਂ ਰੇਟ ਵੀਰੇ ਨਹੀਂ ਪੁੱਛਦੇ ਉਹਨਾਂ ਦਾ ਰੇਟ ਦੇ ਵਿੱਚ ਘੱਟੋ ਘੱਟ ਅੱਧ ਨਾ 3 ਗੁਣਾ ਫਰਕ ਪੈ ਜਾਂਦਾ ਤਾਂ ਕਰਕੇ ਦੁਕਾਨਦਾਰ ਉੱਥੇ ਘਪਲਾ ਕਰਦੇ ਉਹ ਠੀਕ ਆ ਘਪਲਾ ਕਰ ਦਿੰਦੇ ਨੇ ਜਿਵੇਂ ਆਪਣੇ ਟਿੱਬੋ ਦਾ ਫੇਮ ਦਾ ਰੇਟ ਘੱਟ ਦੱਸਦਾ ਆਪਣਾ ਆਉਂਦਾ ਵੀ ਘੱਟ ਮਿਲਦੀ ਆਪਾਂ ਜਿਹੜਾ ਨਾਲ ਉੱਲੀ ਨਾਸਕ ਲੈ ਕੇ ਆਉਂਦੇ ਉਹਨਾਂ ਨੂੰ ਦੁੱਗਣਾ ਤਿੱਗਣਾ ਰੇਟ ਲੱਗਦਾ ਉਹ ਚੀਜ਼ ਵਿੱਚ ਤੇ ਆਪਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਾਂਗੇ ਵੀ ਤੁਸੀਂ ਹਰ ਕੁੱਲ ਪ੍ਰੋਡਕਟ ਦਾ ਰੇਟ ਪਤਾ ਕਰੋ ਫਿਰ ਆਪਣੇ ਕੋਲ ਚੱਲ ਕੇ ਆਓ
ਕਰਦੀ ਆ ਇਹ ਵੀ ਜਿਹੜਾ ਉਸ ਦਿਨ ਅੱਜ ਕੱਲ੍ਹ ਹਰੇਕ ਜੀਵੀ ਦਾ ਸਿਰਫ ਫੇਮ ਨਟਿਬੋ ਐਮੀ ਸਟਾਰ ਚੈੱਸ ਇਹ ਸਿਰਫ ਚਾਰ ਰੇਟ ਪਾਉਂਦੇ ਨੇ ਉਹ ਕੀ ਕਰਦੇ ਨੇ ਇੰਨਾ ਰੇਟ ਦੇ ਨੇ ਘਟਾ ਜਿਵੇਂ ਨਾਲ ਹੋਰ ਪੈਂਦੀਆਂ ਲਾੜ ਉਹ ਵੀ ਰੇਟ ਬਹੁਤ ਉੱਚੇ ਲੱਗ ਰਹੇ ਨੇ ਅਤੇ ਉਹ ਜੀਵੀਦਾਰ ਨੂੰ ਦੱਸਦੇ ਨੇ ਸਿਰ ਇੱਕ ਜੀਵੀਦਾਰ ਨੂੰ ਇਹੀ ਸਲਾਹ ਦਿੰਦੇ ਹਾਂਗੇ ਵੀ ਸਾਨੂੰ ਵਟਸਐਪ ਦੇ ਉੱਪਰ ਫੋਟੋ ਭੇਜ ਦਿਉ ਅਸੀਂ ਤੁਹਾਨੂੰ ਰੇਟ ਦੱਸ ਦਿੰਦੇ ਹਾਂ ਵੀ ਕਿਸੇ ਮਰਜ਼ੀ ਰੇਟ ਪੁੱਛ ਲਓ ਬਾਕੀ ਜਿਵੇਂ ਆਹ ਕਿਸਾਨ ਵੀਰ ਦੇ ਇਹਨਾਂ ਨੇ 100 ਰੁਪਏ ਯੂਰੀਆ ਦਿੱਤਾ ਇਹਨਾਂ ਪੁੱਛ ਸਕਦੇ ਹੋਗੇ ਨਾਲ ਅਸੀਂ ਕੁਛ ਨਹੀਂ ਲਾਉਂਦੇ ਯੂਰੀਆ DAP ਦੇ ਬਾਕੀ ਕੰਪਨੀ ਮੁਤਾਬਕ ਆਪਣੇ ਪ੍ਰੋਡਕਟ ਦੀ ਪੂਰੀ ਰੇਟ ਦੀ ਜ਼ਿੰਮੇਵਾਰੀ ਹੋਊ ਜੀ ਕਈ ਵਾਰ ਵਿੱਚ ਕਿਸਾਨ ਵੀਰ ਕਹਿੰਦੇ ਨੇ ਬਈ ਸਾਨੂੰ ਉੱਥੇ ਉੱਲੀ ਵਾਲੀ ਇਹ ਸਸਤੀ ਮਿਲ ਰਹੀ ਆ ਆਪਾਂ ਵੀਰੇ ਖੁੱਲ੍ਹਾ ਚਾਲਿਆ ਕਰਦੇ ਹਾਂ ਕੰਪਨੀ ਮੁਤਾਬਕ ਆਪਣੀ ਰੇਟ ਦੀ ਪੂਰੇ ਪੰਜਾਬ ਵਿੱਚ ਫੁੱਲ ਜ਼ਿੰਮੇਵਾਰੀ ਹੋਊਗੀ ਜੀ ਮਤਲਬ ਕੰਪਨੀ ਤੇ ਪ੍ਰੋਡਕਟ ਦਾ ਹਾਂ ਕੰਪਨੀ ਮੁਤਾਬਕ ਪ੍ਰੋਡਕਟ ਦਾ ਪੂਰੀ ਰੇਟ ਦੀ ਜ਼ਿੰਮੇਵਾਰੀ ਹੋਊਗੀ ਜਿਹੜੀ ਮਰਜ਼ੀ ਕੰਪਨੀ ਦਾ ਉਸੇ ਕੰਪਨੀ ਦਾ ਹੋਰ ਦੁਕਾਨ ਤੋਂ ਪੁੱਛ ਲਓ ਆਪਣੀ ਤੋਂ ਪੁੱਛ ਲਓ ਆਪਣੀ ਤੋਂ ਪੁੱਛ ਲਓ ਪੂਰੀ ਜ਼ਿੰਮੇਵਾਰੀ ਉਹ ਰੇਟ ਦੀ ਜੀ ਤੇ ਬਾਕੀ ਆਪਣੇ ਕੋਲੇ ਵੀਰੇ ਆਪਣੇ ਕੋਲੇ ਆਪਣੇ ਜਿਵੇਂ ਤੁਸੀਂ ਕਹਿ ਸਕਦੇ ਵੀ ਕਲਸੀ ਦੇ ਢੋਲੇ ਵੀ ਮਿਲ ਜਾਂਦੇ ਨੇ ਆਪਣੇ ਕੋਲੇ ਬੀਜ ਵੀ ਮਿਲ ਜਾਂਦੇ ਆਪਣੇ ਕੋਲੇ ਖੇਤੀਬਾੜੀ ਦਾ ਲਗਭਗ ਵੀਰੇ ਸਾਰਾ ਆਪਣਾ ਆਪਣੇ ਕੋਲੇ ਹਾਜ਼ਰ ਹੁੰਦਾ ਜੀ ਤੇ ਸ਼ਾਰਟ ਦੇ ਵਿੱਚ ਇੱਕ ਫਾਇਦਾ ਚੱਕਿਆ ਜਾਂਦਾ ਕਿਸਾਨ ਵੀਰਾਂ ਦਾ ਜਿਵੇਂ ਯੂਰੀਆ ਵਗੈਰਾ ਨਹੀਂ ਮਿਲਦਾ ਉੱਥੇ ਫਿਰ ਜਾਂ ਤਾਂ ਬੀ ਨਾਲ ਲਾ ਕੇ ਆਉਂਦੇ ਨੇ ਜਾਂ ਨੈਨੋ ਨਾਲ ਲਾ ਆਉਂਦੇ ਨੇ ਹਾਂਜੀ ਵੀਰੇ ਜਿਵੇਂ ਪਿਛਲੀ ਤੁਸੀਂ ਸੁਣੀ ਹੋਣਾ ਕਾਫੀ ਵੀਡੀਓ ਵੀ ਵਾਇਰਲ ਹੋਈਆਂ ਸੀਗੀਆਂ ਕਾਫੀ ਕਿਸਾਨ ਵੀਰਾਂ ਨੂੰ ਵੀਰੇ ਨਾਲ ਧੱਕਾ ਕਰ ਰਹੇ ਇਸ ਪ੍ਰੋਡਕਟ ਦਾ ਪਰ ਜਿਹੜੇ ਆਪਣੇ ਨਾਲ ਕਿਸਾਨ ਵੀਰ ਜੁੜੇ ਹੋਏ ਸੀ ਵੀਰੇ ਆਪਾਂ ਸਿਰਫ ਉਹਨਾਂ ਨੂੰ ਯੂਰੀਆ ਦਿੱਤਾ ਬਲਕਿ ਜਿਹੜੇ ਨਵੇਂ ਵੀ ਆਏ ਸੀ ਆਪਾਂ ਉਹਨਾਂ ਨੂੰ ਸਿਰਫ ਯੂਰੀਆ ਦਿੱਤਾ ਕਿਉਂਕਿ ਆਪਾਂ ਉਹਨਾਂ ਦੀ ਮਜਬੂਰੀ ਸਮਝ ਸਕਦੇ ਸੀ ਭਾਈਆਂ ਦੀ ਮਤਲਬ ਉਹ ਚੀਜ਼ ਨਹੀਂ ਕਰਦੇ ਵੀ ਤੁਹਾਨੂੰ ਵੀ ਕਣਕ ਦਾ ਬੀਜ ਵੀ ਇੱਥੇ ਹੀ ਚੱਕਣਾ ਪਊਗਾ ਹਾਂ ਉਹ ਆਪਣਾ ਕੋਈ ਨਹੀਂ ਆਪਾਂ ਵੀਰੇ ਯੂਰੀਆ DAP ਸਭ ਨੂੰ ਪ੍ਰੋਵਾਈਡ ਕਰਦਾ ਜੋ ਚੀਜ਼ ਆਪਣੇ ਅੰਦਰ ਹਾਜ਼ਰ ਪਈ ਆਪਾਂ ਸਭ ਵਾਸਤੇ ਵੀਰੇ ਆਪਣੇ ਹਾਜ਼ਰ ਹਾਂ ਜੀ ਅਤੇ ਆਪਾਂ ਥੋੜ੍ਹੇ ਕਿਸਾਨ ਵੀਰਾਂ ਦੇ ਵੀ ਲੈਂਦੇ ਹਾਂ ਰਿਵਿਊ ਅਤੇ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਸੇਖਾ ਜੀ ਸੇਖਾ ਅਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਤੋਂ ਦਵਾਈ ਟਾਈਮ ਤਾਂ ਸਾਨੂੰ ਹੋ ਗਈ ਜੀ 2-3 ਸਾਲ ਜੀ ਅਤੇ ਬਾਕੀ ਹੁਣ ਤਾਂ ਅਸੀਂ 2 ਸਾਲ ਦੇ ਰੈਗੂਲੇ 1.5 ਸਾਲ ਤੋਂ ਜਾਵਾਂ ਪੱਕੀ ਸਾਰੇ ਪਰਮਾਨੈਂਟ ਇਹਨਾਂ ਕੋਲ ਜਾਂਦੇ ਅਤੇ DAP ਯੂਰੀਆ ਵਗੈਰਾ ਮਿਲ ਜਾਂਦਾ ਅਸੀਂ ਇੱਥੋਂ ਲੈ ਕੇ ਜਾਂਦੇ ਜੀ ਸਾਨੂੰ ਪੂਰੀ ਸ਼ੋਰਟ ਦੇ ਵਿੱਚ ਜਦੋਂ ਕਿਤੇ ਕੋਈ ਕੁਛ ਨਾਲ ਆਉਂਦੀ ਕੁਛ ਨਾਲ ਆਉਂਦੀ ਸਾਨੂੰ ਇਹਨਾਂ ਨੇ ਇੱਥੋਂ ਗੱਡੀ DAP ਦੀ ਅਤੇ ਯੂਰੀਆ ਦੀ ਭਰ ਕੇ ਭੇਜੀ ਇਹ ਫਿਰ ਧੱਕਾ ਤਾਂ ਨਹੀਂ ਕਰਦੇ ਤੁਹਾਡੇ ਨਾਲ ਜਿਵੇਂ ਕਣਕ ਦਾ ਬੀਜ ਵਗੈਰਾ ਕਹਿੰਦੇ ਨੇ ਕੋਈ ਧੱਕਾ ਨਹੀਂ ਕੀਤਾ ਜੀ ਸਾਡੇ ਨਾਲ ਸਮਾਂ 'ਚ ਸਾਨੂੰ ਤਾਂ ਮਿਲ ਨਹੀਂ ਰਿਹਾ ਯੂਰੀਆ ਸਾਨੂੰ ਜਮੀਨ 'ਚ ਮਿਲ ਰਿਹਾ ਕਿਸ ਪਾਸਿਓਂ ਜੀ ਹਾਂਜੀ ਇਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਮੇਰੇ ਦੋਸਤਾਂ ਦਾ ਵੀ ਦਿੱਤਾ ਜੇ 5-7-5 ਹੋਰ ਦਵਾਈ ਲੈ ਕੇ ਨਾਲ ਲੈ ਕੇ ਆਉਂਦਾ ਰਿਹਾ ਉਹਨਾਂ ਨੇ ਦਵਾਈ ਵੀ ਬਹੁਤ ਵਧੀਆ ਆਪਦੇ ਢੰਗ ਰਾਇ 'ਚ ਜਿਵੇਂ ਨੇ ਦਿੱਤੀ ਉਹਨਾਂ ਨੇ ਸਰਕਾਰ ਕੀਤਾ ਉਹ ਕਹਿੰਦੇ ਵੀ ਠੀਕ ਹੈ ਰਿਜ਼ਲਟ ਠੀਕ ਹੈ ਰੇਟ ਵੀ ਠੀਕ ਹੈਗਾ ਵੀ ਸਾਰਾ ਆਪਣਾ ਯੂਰੀਆ ਨਹੀਂ ਆਪਾਂ ਤੋਂ ਮਿਲ ਰਿਹਾ ਆਪਾਂ ਨੂੰ ਇਹ ਵੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਆਪਾਂ ਨੇ ਇਹਦਾ ਵੀ ਢੰਗ ਲਿਆ ਜੀ ਜੀ ਹਾਂਜੀ ਅਤੇ ਬਾਈ ਕਿਹੜਾ ਪਿੰਡ ਹੈ ਆਪਣਾ ਚੀਮਾ ਵੀਰੇ ਚੀਮਾ ਮੰਡੀ ਹਾਂ ਚੀਮਾ ਮੰਡੀ ਅਤੇ ਬਾਈ ਕਿੰਨਾ ਟਾਈਮ ਹੋ ਗਿਆ ਇੱਥੋਂ ਦਵਾਈ 3 ਸਾਲ ਹੋ ਗਏ 3 ਸਾਲ ਹੋ ਗਏ ਅਤੇ ਕਿਵੇਂ ਰਹਿੰਦਾ ਰੇਟ ਵਗੈਰਾ ਦਾ ਬਾਕੀ ਰੇਟ ਵਗੈਰਾ ਦਾ ਬਹੁਤ ਫਰਕ ਆ ਕੋਈ ਚੀਜ਼ ਦੀ ਕਿਸੇ ਚੀਜ਼ ਦੀ ਕਿਤੇ ਤੰਗੀ ਨਹੀਂ ਆਈ ਕੋਈ ਰੇਹ ਦੀ ਕਿਸੇ ਵੀ ਚੀਜ਼ ਦੀ ਜਦੋਂ ਮਰਜ਼ੀ ਫੋਨ ਕਰੋ ਫੋਨ 'ਤੇ ਵੀ ਸਹੀ ਗੱਲ ਹੀ ਦੱਸ ਦਿਓ ਅਤੇ ਕੁਆਲਿਟੀ ਹੈਗੀ ਆ ਹਾਂ ਕੁਆਲਿਟੀ ਹੈਗੀ ਆ ਵੀ ਜਿਵੇਂ ਦਵਾਈ ਦਾ ਰਿਜ਼ਲਟ ਆਉਂਦਾ ਜਿਵੇਂ ਦਵਾਈ ਦਾ ਰਿਜ਼ਲਟ ਆਉਂਦਾ ਆਹ ਹੁਣ ਲੱਗਿਆ ਸੀ ਦੁਬਾਰੇ ਆਹ ਸੁੰਡ ਖਾਤਰਾ ਜੀ 5 ਕਿੱਲਿਆਂ ਦੇ ਪਹਿਲਾਂ ਸੜਕੀ ਦੀ ਅੱਜ ਤੀਜੇ ਦਿਨ ਦੁਬਾਰੇ ਫੇਰ ਲੈਣਾ ਹੈ ਉਹੀ ਸੇਮ ਦਵਾਈ ਜੀ ਉਹਨੇ ਫੁੱਲ ਰਿਜ਼ਲਟ ਦਿਖਾਇਆ ਜੀ ਸਾਡੇ ਪਿੰਡ ਜੀ ਸ਼ਹੀਦ ਭਗਤ ਸਿੰਘ ਨਗਰ ਪਿੰਡ ਕਲੀਰਾਂ ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ ਜੀ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਅਤੇ ਤੁਸੀਂ ਇੰਨੀ ਦੂਰੋਂ ਚੱਲ ਕੇ ਆਉਣੇ ਹੋ ਰਸਤੇ ਦੇ ਵਿੱਚ ਇੰਨੇ ਜ਼ਿਆਦਾ ਸ਼ਹਿਰ ਪੈ ਜਾਂਦੇ ਨੇ ਮੈਂ ਕਹਿੰਦਾ 100+ ਕੈਸ਼ ਕਾਊਂਟਰ ਤੁਹਾਨੂੰ ਰਸਤੇ ਦੇ ਵਿੱਚ ਹੀ ਆਉਂਦਾ ਹੋਊਗਾ ਅਤੇ ਤੁਹਾਨੂੰ ਕਿਵੇਂ ਲੱਗਦਾ ਵੀ ਰੇਟ ਵਗੈਰਾ ਦਾ ਬਾਕੀ ਫਰਕ ਹੈ ਤਾਂ ਹੀ ਉਹ ਐਡੀ ਦੂਰ ਆਉਂਦਾ ਰੇਟ ਦਾ ਫਰਕ ਕਰਕੇ ਆਏ ਹਾਂ ਕਿ ਇਹ ਕਹਿੰਦੇ ਕਿ ਸਾਡੀ ਜ਼ਿੰਮੇਵਾਰੀ ਆ ਕੋਈ ਡੁਪਲੀਕੇਟ ਨਹੀਂ ਨਿਕਲੂਗੀ ਜੀ ਪੂਰੀ ਵਧੀਆ ਦਵਾਈ ਦੇਵਾਂਗੇ ਅਤੇ ਕਿੰਨਾ ਟਾਈਮ ਹੋ ਗਿਆ ਇੱਥੋਂ ਦਵਾਈ ਲੈਣ ਨਹੀਂ ਅਸੀਂ ਤਾਂ ਐਡ ਦੇ ਕੈਦ ਕਿ ਪਹਿਲੀ ਵਾਰੀ ਆਏ ਹਾਂ ਪਹਿਲੀ ਵਾਰੀ ਆਏ ਹਾਂਜੀ ਅਤੇ ਰੇਟ ਵਗੈਰਾ ਤਾਂ ਤੁਸੀਂ ਹੁਣ ਕਾਫੀ ਟਾਈਮ ਹੋ ਗਿਆ ਬੈਠਿਆਂ ਨੂੰ ਪਤਾ ਕਰ ਹੀ ਲਏ ਹੁਣ ਹੈਗਾ ਫਰਕ ਜੀ ਹਾਂਜੀ ਫਰਕ ਹੈਗਾ ਰੇਟ ਜੀ ਅਤੇ ਬਾਈ ਜਿਹੜੇ ਵੀਰ ਆਪਣਾ ਵੀਡੀਓ ਸ਼ੇਅਰ ਕਰਕੇ ਫਾਇਦਾ ਕਰਨਗੇ ਆਪਾਂ ਉਹਨਾਂ ਦਾ ਕੀ ਫਾਇਦਾ ਕਰਾਂਗੇ ਜਿਹੜੇ ਵੀਰ ਵੀਰੇ ਸਭ ਤੋਂ ਵੱਧ ਸ਼ੇਅਰ ਕਰਨਗੇ ਆਪਣੀ ਵੀਡੀਓ ਨੂੰ ਉਹਨਾਂ ਵਾਸਤੇ ਵੀਰੇ ਆਪਾਂ ਪਹਿਲੇ 3 ਬੰਦਿਆਂ ਨੂੰ ਕਲਸੀ ਦੀਆਂ ਢੋਲੀਆਂ ਇਹ ਢੋਲੀ ਵੀਰੇ ਵੱਡੀ ਬੈਟਰੀ ਡਬਲ ਮੋਟਰ ਅਤੇ ਇਹ ਕੱਢਦੀ ਆਪਣੀ 18 ਤੋਂ ਲੈ ਕੇ 25 ਢੋਲੀਆਂ ਜਿਹੜੇ ਆਪਣੇ ਵੀਰ ਸਭ ਤੋਂ ਵੱਧ ਸ਼ੇਅਰ ਕਰਨਗੇ ਵੀਡੀਓ ਨੂੰ ਉਹਨਾਂ ਵਾਸਤੇ ਵੀਰੇ ਉਹਨਾਂ ਨੂੰ ਇਹ ਦੇਣੀ ਆਪਾਂ ਪਹਿਲੇ 3 ਬੰਦਿਆਂ ਨੂੰ ਅਤੇ ਇਦੋਂ ਬਾਅਦ ਜਿਹੜੇ 2 ਹੋਰ ਨੂੰ ਜਿਹੜੇ ਬਾਕੀ ਹੋਰ ਨੇ ਉਹਨਾਂ ਵਾਸਤੇ ਵੀਰੇ ਜਿਵੇਂ ਕਿ ਮੰਨ ਕੇ ਚਲੋ ਆਪਣੇ ਕੋਲੇ 2 ਆਪਣੀ ਸਾਰਾ ਦਵਾਈ ਦੇ ਪਿੱਛੇ ਤੁਸੀਂ ਵੀਡੀਓ ਦੇਖਿਆ ਹੋਣਾ ਉਹਨਾਂ 2 ਬੰਦਿਆਂ ਨੂੰ ਵੀਰੇ ਸਾਰਾ ਦੇ 2 ਲੀਟਰ ਜੀ ਅਤੇ 5 ਬੰਦਿਆਂ ਨੂੰ ਬਾਈ ਨਾਮ ਵੀ ਦੇਵਾਂਗੇ ਸ਼ੇਅਰ ਕਰਨ ਵਾਲਿਆਂ ਨੂੰ ਤੁਹਾਡਾ ਕਿਹੜਾ ਪਿੰਡ ਆ ਬਾਬਾ ਜੀ ਲੌਂਗੋਵਾਲਾ ਜੀ ਲੌਂਗੋਵਾਲ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਤੋਂ ਦਵਾਈਆਂ ਲੈਣ ਜਿੱਦਣ ਇਹਨੇ ਦੁਕਾਨ ਕਰਿਆ ਉਦਣ ਇੱਥੋਂ ਇਸ ਤੋਂ ਲੈ ਕੇ ਜਾਂਦੇ ਜੀ ਜੀ ਹਾਂਜੀ ਬਾਕੀ ਜਿਹੜੀ ਲੌਂਗੋਵਾਲ ਦੇ ਇਹਨਾਂ ਨੇ ਦੁਕਾਨ ਕਰਨ ਤੋਂ ਪਹਿਲਾਂ ਬਾਣੀ ਦੀ ਲੁੱਟ ਮਚਾਈ ਹੋਈ ਸੀਗੀ ਸਾਰੀ ਲੁੱਟ ਉਹ ਬੰਦ ਹੋ ਗਈ ਸਾਰੇ
ਬਾਕੀ ਦਵਾਈ ਕੁਆਲਿਟੀ ਸਹੀ ਪੂਰੀ ਹੋਊਗੀ ਮਤਲਬ ਪੂਰਾ ਕਰਦੀ ਹਾਂ ਪੂਰੇ ਲੌਂਗਵਾਲ ਦੇ ਵਿੱਚ ਰੇਟ ਹਾਂਜੀ ਸਾਰੇ ਲੌਂਗਵਾਲ 'ਚ ਪਹਿਲੇ ਨੰਬਰ ਦਾ ਰੇਟ ਆ ਵੀ ਹਾਂਜੀ ਜੀ ਬਾਕੀ ਫਰਕ ਮਿਲਦਾ ਆਪਣਾ ਕਿਹੜਾ ਪਿੰਡ ਹੈ ਜੀ ਮੂਲਾ ਸਿੰਘ ਵਾਲਾ ਜੀ ਮੂਲਾ ਸਿੰਘ ਵਾਲਾ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਤੋਂ ਦਵਾਈ ਸਰ ਪਹਿਲੀ ਵਾਰ ਆਏ ਆ ਜੀ ਆਪਾਂ ਲੈਣ ਪਹਿਲੀ ਵਾਰ ਆਏ ਇੱਕ ਵਾਰ ਮੇਰਾ ਗਵਾਂਢੀ ਫੌਜੀ ਆ ਮੁੰਡਾ ਉਹ ਲੈ ਕੇ ਗਿਆ ਉਹਨਾਂ ਨੇ ਦੱਸਿਆ ਸੀ ਕਹਿੰਦੇ ਮਤਲਬ ਵਧੀਆ ਕੰਪਨੀ ਸਟੈਂਡਰਡ ਦੀਆਂ ਸੋਮੀ ਟੋਮ ਵਗੈਰਾ ਸਾਰੀਆਂ ਟੌਪ ਦੀਆਂ ਵੀ ਰੇਟ ਦਾ ਕੁਛ ਫਰਕ ਆ ਵੈਸੇ ਰੀਜਨਲ ਮਾਰਕ ਪੈਂਦਾ ਤਾਂ ਥੋੜ੍ਹਾ ਹੀ ਆ ਹਾਂਜੀ ਪਰ ਉਹ ਕਹਿੰਦੇ ਵੀ ਹੈਗਾ ਯਾਰ ਨਾਲੇ ਤਾਂ ਕੁਆਲਿਟੀ ਮਿਲੂ ਨਾਲੇ ਜਾਣੀ ਕਿ ਰੇਟ ਜਾਇਜ਼ ਮਿਲੂ ਹੁਣ ਤੁਸੀਂ ਪਹਿਲਾਂ ਵੀ ਬਹੁਤ ਹੋਰ ਦੁਕਾਨਾਂ ਤੋਂ ਲੈਂਦੇ ਹੋਵੋਗੇ ਹੁਣ ਤੁਹਾਨੂੰ ਪਹਿਲਾਂ ਪਿੰਡੋਂ ਲੈਂਦੇ ਸੀ ਸਾਰਾ ਅਸੀਂ ਆ ਕੇ ਤੁਹਾਨੂੰ ਰੇਟ ਦਾ ਲੱਗਿਆ ਜੀ ਫਰਕ ਹੈਗਾ ਨਹੀਂ ਜੀ ਹਜੇ ਤਾਂ ਆਪਾਂ ਜਾਣਾ ਉਹਨਾਂ ਕੋਲ ਦੇਖੋ ਹੁਣ ਪਹਿਲੀ ਵਾਰ ਆਏ ਆਪਾਂ ਤਾਂ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮਿਲਾ ਕੇ ਦੇਖਾਂਗੇ ਜਿਵੇਂ ਕਿ ਉਹ ਦੁਕਾਨਦਾਰ ਨੇ ਵੀ ਆਹ ਚੀਜ਼ ਫੇਮ ਆਹ ਰੇਟ ਲਾਈ ਸੀ ਯਾਰ ਇੱਥੋਂ ਆਹ ਲਾਈ ਸੀ ਇਹਨੇ ਪਦਾਣਾ ਕੋਰੋ ਮੰਡਲ ਦੀ ਆਹ ਲਾਈ ਉੱਥੇ ਹੌਲੀ ਹੌਲੀ ਹੋਊਗਾ ਜੀ ਹਾਂ ਆਪਾਂ ਤਾਂ ਪਹਿਲੀ ਵਾਰ ਆਏ ਹਾਂ ਠੀਕ ਹੈ ਉਹ ਵੀ ਆਪਣਾ ਗਵਾਂਢੀ ਇੱਕ ਫੌਜੀ ਹੈ ਬੰਦਾ ਉਹ ਪਹਿਲਾਂ ਤੋਂ ਉਹ ਲੈ ਕੇ ਗਿਆ ਹਾਂ ਠੀਕ ਹੈ ਇੱਕ ਦੋ ਵਾਰ ਅਤੇ ਆਪਣਾ ਕਿਹੜਾ ਪਿੰਡ ਹੈ ਕੋਈ ਠੁੱਲੀ ਵਾਲੀ ਬਾਕੀ ਦਵਾਈ ਦੀ ਕੁਆਲਿਟੀ ਵਗੈਰਾ ਰਿਜ਼ਲਟ ਆਉਂਦਾ ਹਰੇ ਮੱਕੀ ਦੇ ਹੀ ਦਵਾਈ ਲੱਗੇ ਤੇ ਸਾਰਾ ਜੀ ਸੁੰਡੀ ਵਾਸਤੇ ਤੇ ਬਾਈ ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਹੈਗਾ ਮੇਰੇ ਤੋਂ ਬਰਨਾਲਾ ਸਾਰੇ ਟਰਾਈ ਕਰਕੇ ਇਹਨਾਂ ਦਾ ਰੇਟ ਸਾਨੂੰ ਸਾਰਾ ਬਾਕੀ ਪ੍ਰੋਡਕਟ ਦੀ ਕੁਆਲਿਟੀ ਕਿੰਨੀ ਹੈ ਪ੍ਰੋਡਕਟ ਦੀ ਵੀ ਪੂਰੀ ਫੁੱਲ ਕੁਆਲਿਟੀ ਆ ਜੋ ਵੀ ਐ ਨੀ ਹੈਗਾ ਵੀ ਕੋਈ ਬਗੈਰ ਕੰਪਨੀ ਤੋਂ ਜੇ ਆਪਾਂ ਕੰਪਨੀ ਦੀ ਵੀ ਫੇਮ ਹੋ ਗਈ ਨੈਗੇਟਿਵ ਹੋ ਗਈ ਜਿਹੜਾ ਵੀ ਹਾਂਜੀ ਤੇ ਬਿੱਲ ਵਗੈਰਾ ਮਿਲਦਾ ਬਿੱਲ ਮੇਰੇ ਪੱਕੇ ਬਿੱਲ ਤੇ ਲੈਤੀ ਆ ਕੋਈ ਐਂ ਮਿਲਦਾ ਨਹੀਂ ਵੀ ਜਾਂ ਫੇਰ ਜਾਂ ਹੋਰ ਜਿਹੜਾ ਜੀ ਐਸ ਟੀ ਵਾਲਾ ਬਿੱਲ ਹੈ ਹਾਂਜੀ ਮੌਕੇ ਤੇ ਬਿੱਲ ਪੱਕਾ ਦਿੱਤਾ ਜੀ ਤੇ ਜਿਵੇਂ ਹੁਣ ਇਹ ਕਹਿ ਰਹੇ ਨੇ ਜੀ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਸਸਤਾ ਵੀ ਬਾਕੀ ਇਹ ਗੱਲ ਸੱਚ ਹੈ ਤੁਸੀਂ ਇੱਥੇ ਆਉਂਦੇ ਹੋ ਦਵਾਈਆਂ ਯੂਜ ਕਰਦੇ ਹੋ ਹਾਂਜੀ ਬਿਲਕੁਲ ਸੱਚ ਹੈ ਜੀ ਵੀ ਦੂਜੇ ਨਾਲੋਂ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਰੇਟ ਦਾ ਬਹੁਤ ਵਧੀਆ ਫਰਕ ਆ ਜੀ ਜਿਵੇਂ ਹਰੇਕ ਗਲੀ ਕੋਨੇ ਦੇ ਉੱਤੇ ਕੈਸ਼ ਕਾਊਂਟਰ ਹੋ ਗਿਆ ਲੌਂਗਵਾਲ ਦੇ ਵਿੱਚ ਹੀ ਮੈਨੂੰ ਲੱਗਦਾ ਘੱਟੋ ਘੱਟ 10 ਹੋਣਗੇ ਹਾਂਜੀ ਤੇ ਦਵਾਈਆਂ ਦਾ ਰਿਜ਼ਲਟ ਵਗੈਰਾ ਕਿਵੇਂ ਰਹਿੰਦਾ ਪੂਰਾ ਵਧੀਆ ਰਹਿੰਦਾ ਗਾ ਜੀ ਇਹਨਾਂ ਦਾ ਅਸੀਂ ਸਾਰਾ ਦਵਾਈ ਕੀਤੀ ਹੈ ਪੂਰਾ ਵਧੀਆ ਰਿਹਾ ਜੀ 20-25 ਦਿਨ ਦਾ ਅਸਰ ਆ ਜੀ ਇਹਦਾ ਫੇਮ ਨੂੰ ਵੀ ਵੱਧ ਗਿਆ ਜੀ ਮਤਲਬ ਫੇਮ ਨੂੰ ਵੀ ਵੱਧ ਗਿਆ ਸੁੰਡੀ ਵਾਸਤੇ ਫੇਮ ਨੂੰ ਵੀ ਵੱਧ ਗਿਆ ਵਿੱਚ ਹੁੰਦੇ ਨੇ ਜੀ ਕਾਊਂਟਰ ਤੇ ਦਵਾਈਆਂ ਦਿਖਾਈ ਜਾਂਦੇ ਨੇ ਦਿੰਦੇ ਹੈ ਨਹੀਂ ਸਾਨੂੰ ਉਹ ਹਾਂਜੀ ਵਿੱਚ ਇੱਕ ਦਵਾਈ ਸਸਤੀ ਲਾ ਦਿੰਦੇ ਨੇ ਦੋ ਦਵਾਈਆਂ ਮਹਿੰਗੀਆਂ ਲਾਤੀਆਂ ਸਾਨੂੰ ਪਤਾ ਨਹੀਂ ਲੱਗਦਾ ਉਹਦੇ ਵਿੱਚ ਵੀ ਹੈ ਨਹੀਂ ਬਿਲਕੁਲ ਸਹੀ ਆ ਜੀ ਗਰਮੇਲ ਦੀ ਦੁਕਾਨ ਜੀ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਸਾਨੂੰ 4 ਸਾਲ ਹੋ ਗਏ ਜੀ ਤੇ ਯੂਰੀਆ ਡੀਏਪੀ ਦਾ ਕਿਵੇਂ ਰਹਿੰਦਾ ਸਿਸਟਮ ਯੂਰੀਆ ਡੀਏਪੀ ਬਹੁਤ ਵਧੀਆ ਮਿਲਦਾ ਜੀ ਹੈਗਾ ਸਪਲਾਈ ਬਹੁਤ ਵਧੀਆ ਜਿਵੇਂ ਉਹ ਹੁੰਦਾ ਨਾ ਆਪਾਂ ਕੈਸ਼ ਕਾਊਂਟਰ ਤੋਂ ਦਵਾਈਆਂ ਤਾਂ ਲੈ ਲੈਂਦੇ ਆ ਫਿਰ ਆਪਾਂ ਨੂੰ ਕਿਤੋਂ ਯੂਰੀਆ ਨਹੀਂ ਮਿਲਦਾ ਹਾਂਜੀ ਉਹ ਨਹੀਂ ਗੱਲ ਹੈਗੀ ਜੀ ਫੋਨ ਕਰਕੇ ਦਿੰਦਾ ਜੇ ਕਈ ਵਾਰ ਸ਼ੋਰਟ ਵੀ ਆ ਜਾਂਦੀ ਹੈ ਚਲੋ ਕਦੋਂ ਆਉਂਦਾ ਉਦੋਂ ਫੋਨ ਕਰਦਾ ਗਾ ਪਹਿਲਾਂ ਦੱਸ ਦਿੰਦੇ ਨੇ ਪਹਿਲਾਂ ਦੱਸਦੇ ਨੇ ਵੀ ਹਾਂ ਆ ਗਿਆ ਵੀ ਆ ਕੇ ਲੈ ਜਾਓ ਕਿਹੜੀ ਲੋੜ ਆ ਖੁੱਲ੍ਹਾ ਮਿਲਦਾ ਕੋਈ ਹੋਰ ਜੀ ਅਤੇ ਬਾਈ ਜੀ ਆਪਣਾ ਕਿਹੜਾ ਪਿੰਡ ਹੈ ਜੀ ਬਾਦਰਾ ਜੀ ਬਾਦਰੇ ਤੋਂ ਅਤੇ ਕਿਵੇਂ ਹੈ ਜੀ ਮਤਲਬ ਸਿਸਟਮ ਤੁਸੀਂ ਇੰਨੀ ਦੂਰੋਂ ਆਉਣੇ ਹੋ ਚੱਲ ਕੇ ਬਾਈ 15 ਸਾਲ ਹੋ ਗਏ ਇਹਦੇ ਨਾਲ ਜੁੜਿਆ ਨੂੰ ਬਹੁਤ ਵਧੀਆ ਰਿਜ਼ਲਟ ਆ ਅਤੇ ਬਹੁਤ ਵਧੀਆ ਸਸਤੀਆਂ ਦਵਾਈਆਂ ਜੀ ਮਤਲਬ ਰੇਟ ਦਾ ਹੀ ਫਰਕ ਹੈ ਰੇਟ ਦਾ ਬਹੁਤ ਫਰਕ ਆ ਅਤੇ ਰਿਜ਼ਲਟ ਵੀ ਹੈਗਾ ਦਵਾਈਆਂ ਠੀਕ ਹੈ ਜੀ ਅਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਸਾਨੂੰ ਵੀ ਹੋ ਗਏ ਬਾਈ 15-16 ਸਾਲ ਹੋ ਗਏ 15-16 ਸਾਲ ਹੋ ਗਏ ਕਿਹੜਾ ਪਿੰਡ ਹੈ ਆਪਣਾ ਬਾਦਰਾ ਬਾਦਰੇ ਤੋਂ ਹੀ ਆਉਣੇ ਬਹੁਤ ਤਕਰੀਬਨ ਪਿੰਡ ਹੀ ਆਉਂਦਾ ਸਾਡਾ ਇਕੱਠੇ ਹੀ ਆਉਣੇ ਮਤਲਬ ਜਾਂ ਅਲੱਗ ਇਕੱਠੇ ਆ ਬਸ ਸਾਡਾ ਪਿੰਡ ਇੱਥੇ ਪਹਿਲਾਂ 4-5 ਹੋਰ ਗਏ ਸਾਡੇ ਪਹਿਲਾਂ ਅੱਛਾ ਪਿੰਡ ਦੇ ਵਿੱਚੋਂ ਕਾਫੀ ਲੋਕ ਆਉਂਦੇ ਬਹੁਤ ਸਾਰੇ ਪਿੰਡ ਵਾਂਗੂ ਹੀ ਆਉਂਦਾ ਜੀ ਅਤੇ ਬਾਈ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਦਵਾਈਆਂ ਲੈਂਦੇ ਨੂੰ ਇੱਥੋਂ ਬਾਈ ਆਪਾਂ ਨੂੰ ਘੱਟੋ ਘੱਟ 6-7 ਸਾਲ ਹੋ ਗਏ ਬਾਈ ਜਦੋਂ ਦਾ ਇਹ ਦੁਕਾਨ ਬਾਈ ਨੇ ਸ਼ੁਰੂਆਤ ਕਰੀ ਆ ਪਿੰਡ ਦੇ ਵਿੱਚ ਆਇਆ ਹਾਂ ਹਾਂ ਉਦੋਂ ਦਾ ਆਪਾਂ ਇਹ ਬਾਈ ਤੋਂ ਦਵਾਈਆਂ ਦਾ ਜਿਹੜੀ ਵੀ ਹੈਗੀਆਂ ਨੇ ਜੀ ਜੋ ਇਸੇ ਤੋਂ ਹੀ ਵਰਤਦੇ ਹਾਂ ਜਿਹੜੀ ਹੈਗੀ ਅਤੇ ਕਿਹੜਾ ਪਿੰਡ ਹੈ ਬਾਈ ਆਪਣਾ ਮੇਰਾ ਪਿੰਡ ਬਾਈ ਮੰਡੇਰਕਲਾ ਜੀ ਹਾਂ ਅਤੇ ਬਾਈ ਕਿਵੇਂ ਵੀ ਬਾਕੀ ਦੁਕਾਨਦਾਰਾਂ ਨਾਲੋਂ ਬਾਕੀ ਰੇਟ ਦਾ ਫਰਕ ਹੈ ਹਾਂ ਬਾਈ ਉਹ ਦੁਕਾਨ ਦਾ ਬਾਈ ਨੂੰ ਜਦੋਂ ਤੁਸੀਂ ਆਵੋਗੇ ਹਾਂਜੀ ਜਦੋਂ ਬਾਈ ਨੂੰ ਮਿਲੋਗੇ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜੂਗਾ ਬਾਈ ਕਿੰਨਾ ਬਾਜ਼ਾਰ ਨਾਲੋਂ ਬਾਈ ਦੀਆਂ ਦਾ ਦਵਾਈਆਂ ਦਾ ਕਿੰਨਾ ਡਿਫਰੈਂਸ ਜਿਵੇਂ ਹੁਣ ਕੈਸ਼ ਕਾਊਂਟਰ ਸਸਤੇ ਕੈਸ਼ ਕਾਊਂਟਰ ਦਾ ਹਰੇਕ ਗਲੀ ਮੋੜ ਤੇ ਹੋ ਗਏ ਹਨਾ ਹਾਂ ਬਾਈ ਲੌਂਗਵਾਲ ਦੇ ਵਿੱਚ ਹੀ ਮੈਨੂੰ ਲੱਗਦਾ ਘੱਟੋ ਘੱਟ 10-15 ਦੁਕਾਨਾਂ ਹੋਣਗੀਆਂ ਜਿਹੜੇ ਕਹਿੰਦੇ ਨੇ ਵੀ ਅਸੀਂ ਸਭ ਤੋਂ ਸਸਤਾ ਦਿੰਦੇ ਹਾਂ ਬਾਈ ਹਾਂ ਤੇ ਉਹਨਾਂ ਨਾਲੋਂ ਵੀ ਬਾਕੀ ਸਾਰਿਆਂ ਨਾਲੋਂ ਫਰਕ ਹੈ ਹਾਂ ਬਾਈ ਦਾ ਡਿਸਕਾਊਂਟ ਆ ਘੱਟੋ ਘੱਟ ਬਾਈ ਤੜਕੇ ਵੀ ਬਾਈ ਨੇ ਵੀਡੀਓ ਪਾਈ ਦੀ ਆਪਦੇ ਕੀ ਨਾਂ ਲੈਂਦੇ ਨੇ ਵਟਸਐਪ ਤੇ ਬਾਈ ਕਹਿੰਦਾ 90% ਤੋਂ ਲੈ ਕੇ 50-40 ਤੱਕ ਅਸੀਂ
ਡਿਸਕਾਊਂਟ ਕਰਦੇ ਆ ਜੀ ਤੇ ਬਾਕੀ ਫਰਕ ਹੁੰਦਾ ਰੇਟ ਦਾ ਫਰਕ ਹੁੰਦਾ ਬਾਈ ਪੂਰਾ ਪੱਕਾ ਫਰਕ ਤੇ ਦਵਾਈ ਦੀ ਕੁਆਲਿਟੀ ਕਿੰਨੀ ਕਹਿ ਜਿਵੇਂ ਹੁਣ ਤੁਹਾਨੂੰ ਤਾਂ 7-8 ਸਾਲ ਹੋ ਗਏ ਵਰਤਦੇ ਨੂੰ ਵੀ ਜੋ ਕਹਿ ਨੇ ਕੰਮ ਕਰਦੀ ਆ ਦਵਾਈ ਪ੍ਰੋਪਰ ਬਾਈ ਪੂਰਾ ਵਧੀਆ ਕੰਮ ਕਰਦੀ ਆ ਬਾਈ ਨਿਸ਼ਚਿਤ ਹੋ ਕੇ ਕਹਿਣ ਦਾ ਵੀ ਤੁਸੀਂ ਆਹ ਦਵਾਈ ਕਰੋ ਬਾਈ ਦੇ ਭਰੋਸੇ ਤੇ ਜੋ ਕਰਦੇ ਆ ਉਹ 100% ਸਹੀ ਉਤਰਦੀ ਜੀ ਜਿਵੇਂ ਕੰਪਨੀਆਂ ਦਾ ਸਮਾਨ ਮਿਲਦਾ ਨਹੀਂ ਕਹਿੰਦੇ ਨੇ ਵੀ ਜਿਹੜਾ ਸਸਤਾ ਉਹ ਕੰਪਨੀ ਚ ਨਾ ਨਾ ਬਾਈ ਕੋਈ ਇਹ ਜਿਹੜੇ ਲੋਕ ਕਹਿੰਦੇ ਨੇ ਵੀ ਆਹ ਕੰਪਨੀ ਦੀ ਕਹਿੰਦਾ ਧੱਕੇ ਨਾਲ ਸੋਪਦਾ ਵੀ ਆਹ ਕਰਦਾ ਨਾ ਜਿਹੜੀ ਮਰਜ਼ੀ ਬਾਈ ਤੋਂ ਕੰਪਨੀ ਤੁਸੀਂ ਮੰਗ ਲਓ ਉਹ ਬਾਈ ਪ੍ਰੋਪਰ ਤੁਹਾਡੇ ਲਈ ਹਾਜ਼ਰ ਕਰਨਗੇ ਜੀ ਧੰਨਵਾਦ।